ਫਿਰੋਜ਼ਪੁਰ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ੇ ਨੂੰ ਠੱਲ ਪਾਉਣ ਲਈ ਅਲੱਗ ਅਲੱਗ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਅੱਜ ਫਿਰੋਜ਼ਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਰੇਡ ਕਰਕੇ ਵੱਖ ਵੱਖ ਮਾਮਲਿਆਂ ਵਿੱਚ ਲੁੱਟਾਂ ਖੂਹਾਂ ਕਰਨ ਵਾਲੇ ਗਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਫਿਰੋਜ਼ਪੁਰ ਦੇ SSP ਭੁਪਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਵੱਖ ਵੱਖ ਮਾਮਲਿਆਂ ਵਿੱਚ ਲੁਟੇਰਿਆਂ ਤੋਂ ਪੁੱਛਗਿੱਛ ਦੌਰਾਨ 32 ਮੋਟਰਸਾਈਕਲ, 1 ਦੇਸੀ ਪਿਸਤੌਲ ਅਤੇ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਗਿਆ ਹੈ। ਕਵਰੀ ਜਿਹੜੀ ਆ ਉਹ ਕੀਤੀ ਹੈਗੀ ਜੀ, ਕਾਫੀ ਦਿਨਾਂ ਤੋਂ ਬੈਟਰੀ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹੈਗੀਆਂ ਸੀ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ, ਤਾਂ ਉਸਨੂੰ ਕਵਰ ਕੀਤਾ ਹੈਗਾ, ਬੈਟਰੀਆਂ ਵੀ ਫੜੀਆਂ ਹੈਗੀਆਂ, ਚੋਰ ਵੀ ਫੜੇ ਹੈਗੇ। ਕਿੰਨੇ ਸਰ ਚੋਰ ਫੜੇ ਹੈਗੇ ਔਰ ਕੀ ਰਿਕਵਰੀ ਸੀਗੀਆਂ ਸਰ? ਪਹਿਲਾਂ ਮੈਂ ਦੱਸਦਾ ਜੀ ਵੀ ਇਕੱਲੀਆਂ ਬੈਟਰੀਆਂ ਨਹੀਂ, ਕਾਫੀ ਜਿਹੜੀਆਂ ਚੋਰੀਆਂ ਘਰਾਂ 'ਚ ਚੋਰੀਆਂ ਹੋਈਆਂ ਸੀ ਉਹ ਚੋਰ ਵੀ ਫੜੇ ਆ, ਬੈਟਰੀਆਂ ਵੀ, ਜਿਹਦੇ ਵਿੱਚ 5 ਤਾਂ ਅਸੀਂ ਜਿਹੜੇ ਇਹਦੇ ਵਿੱਚ ਹੋਰ ਡਾਕਾ ਮਾਰਨ ਦੀ ਜਾਂ ਚੋਰੀਆਂ ਕਰਨ ਦੀ ਸਨੈਚਿੰਗ ਲੁੱਟ ਖੋਹ ਦੀ ਕੋਸ਼ਿਸ਼ ਪਲੈਨਿੰਗ ਦੇ ਵਿੱਚ ਸੀ, ਉਹ 5 ਬੰਦਿਆਂ ਨੂੰ ਸਾਡੀ ਲੋਕਲ ਪੁਲਿਸ ਇੰਸਪੈਕਟਰ ਮੋਹਿਤ ਅਤੇ ਜਿਹੜੇ ਸਾਡੇ SP ਸਾਹਿਬ ਦੀ ਅਗਵਾਈ ਦੇ ਵਿੱਚ ਉਹਨੂੰ ਗ੍ਰਿਫਤਾਰ ਕਰਨ ਦੇ ਵਿੱਚ ਇਹ ਕਾਮਯਾਬ ਹੋਏ ਆ, ਜਿਨ੍ਹਾਂ ਤੋਂ ਕਾਫੀ ਵੱਡੀ ਰਿਕਵਰੀ ਹੋਈ ਹੈ। 12 ਚੋਰੀ ਦੇ ਮੋਟਰਸਾਈਕਲ, 16 ਚੋਰੀ ਦੀਆਂ ਬੈਟਰੀਆਂ, 25 ਕਿਲੋ ਪਿੱਤਲ ਜਿਵੇਂ ਟੂਟੀਆਂ ਵਗੈਰਾ ਜਿਹੜੀਆਂ ਸੀਗੀਆਂ ਘਰਾਂ 'ਚੋਂ, ਖਾਲੀ ਘਰ 'ਚ ਜਿਹੜੇ 6 ਉਹਨਾਂ ਚੋਰੀਆਂ ਹੋਈਆਂ ਸੀ, ਅਤੇ 4 ਕਾਪੇ, 1 ਬੇਸਬਾਲ ਬੈਟ ਅਤੇ ਇਹ ਕੁਛ ਰਿਕਵਰ ਹੋਇਆ ਉਹਨਾਂ ਕੋਲੋਂ। ਅਤੇ ਹੋਰ ਵੀ ਪੁੱਛਗਿੱਛ ਦੇ ਵਿੱਚ ਹੋਰ ਰਿਕਵਰੀਆਂ ਹੋਣ ਦੀ ਸਾਨੂੰ ਉਮੀਦ ਹੈ ਵੀ ਹੋਰ ਵੀ ਰਿਕਵਰੀਆਂ ਹੋਣਗੀਆਂ ਉਹਨਾਂ ਤੋਂ। ਅਤੇ ਇਹ ਜਿਹੜੇ 5 ਜਣੇ ਜਿਹੜੇ ਅਸੀਂ ਅਰੈਸਟ ਕੀਤੇ ਆ, ਇਹਨਾਂ 'ਚੋਂ 4 ਦੇ ਤਾਂ ਪਹਿਲਾਂ ਵੀ ਸਾਬਕਾ ਰਿਕਾਰਡ ਆ ਉਹਨਾਂ ਦੇ ਕਈ ਅਜਿਹੀ ਪਰਚੇ ਦਰਜ ਆ ਜਿਹੜੇ ਚੋਰੀ ਦੇ ਜਾਂ ਲੁੱਟ ਖੋਹ ਦੇ ਪੈਸੇ ਉਹਨਾਂ ਦੇ ਪਰਚੇ ਦਰਜ ਹੈ, ਅਤੇ 1 ਜਣੇ 'ਤੇ ਪਰਚਾ ਨਹੀਂ ਦਰਜ ਹਜੇ, ਅਤੇ ਉਹਦਾ ਪਰ ਅਸੀਂ ਰਿਕਾਰਡ ਦੇਖ ਰਹੇ ਹਾਂ। ਅਤੇ ਇਹਨਾਂ 'ਤੇ ਐਗਜ਼ੈਂਪਲਰੀ ਐਕਸ਼ਨ ਹੋਊਗਾ, ਇਹਨਾਂ ਨੂੰ ਅਰੈਸਟ ਕਰਕੇ ਅਤੇ ਜਲਦੀ ਅਸੀਂ ਬਾਹਰ ਨਹੀਂ ਆਉਣ ਦੇਣਾ। ਅਤੇ ਇਵੇਂ ਹੀ CIA ਵੱਲੋਂ ਵੀ ਸਾਡੇ ਇੰਸਪੈਕਟਰ CIA ਉਹਨਾਂ ਨੇ ਵੀ ਇੱਕ ਜਿਹੜੇ ਗਰੋਹ ਨੂੰ ਚੋਰ ਗਰੋਹ ਦੇ ਵਿੱਚੋਂ ਫੜ ਕੇ ਉਹਨਾਂ 'ਚੋਂ 20 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ, ਟੋਟਲ 32 ਮੋਟਰਸਾਈਕਲ ਆਹ ਜਿਹੜੇ ਸਾਡੇ ਕੱਲ੍ਹ ਦੇ ਅਸੀਂ ਇਹਦੇ ਵਿੱਚ ਰਿਕਵਰ ਕਰਨ 'ਚ ਫਿਰੋਜ਼ਪੁਰ ਪੁਲਿਸ ਕਾਮਯਾਬ ਹੋਈ ਹੈ। ਅਤੇ ਇਸੇ ਤਰ੍ਹਾਂ ਸਾਡੇ CIA ਵੱਲੋਂ ਪਹਿਲਾਂ ਕੇਸਿਸ ਜਿਹੜੇ ਅਸਲਾ ਐਕਟ ਦੇ ਵਿੱਚ 2 ਦੋਸ਼ੀ ਕਾਬੂ ਕਰਕੇ, 1 ਗਗਨਦੀਪ ਉਰਫ ਮਿੱਠੀ, ਉਸ ਤੋਂ 1 ਪਿਸਤੌਲ ਨਜਾਇਜ਼ ਅਤੇ 3 ਜਿੰਦਾ ਕਾਰਤੂਸ, ਅਤੇ ਦੂਸਰੇ ਕੋਲੋਂ ਮੋਹਿਤ ਗਿੱਲ ਹੈ ਉਹਦੇ ਕੋਲੋਂ 1 ਜਿੰਦਾ 1 ਪਿਸਟਲ ਬਰਾਮਦ ਹੋਇਆ, ਨਜਾਇਜ਼ ਹਥਿਆਰ ਜਿਹੜੇ ਬਰਾਮਦ ਹੋਏ, ਇਹ ਉਹਨੂੰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ। ਇਵੇਂ ਹੀ ਸਨੈਚਰ ਗੈਂਗ 1 ਅਸੀਂ ਫੜਿਆ, ਜਿਹਦੇ ਵਿੱਚ 5 ਜਣੇ ਅਸੀਂ ਜਿਹੜੇ ਸਨੈਚਰ ਹੈ ਮੋਬਾਈਲ ਸਨੈਚਿੰਗ ਕਰਦੇ ਜਾਂ ਹੋਰ, ਉਹ ਸਨੈਚਰ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ, ਜਿਨ੍ਹਾਂ ਤੋਂ 3 ਮੋਬਾਈਲ 4 ਮੋਬਾਈਲ ਜਿਨ੍ਹਾਂ ਤੋਂ ਬਰਾਮਦ ਹੋਏ ਆ, ਅਤੇ ਅਸੀਂ ਟੋਟਲ 5 ਜਣੇ ਉਹਦੇ ਵਿੱਚ ਗ੍ਰਿਫਤਾਰ ਕੀਤੇ ਆ। ਜਿਹੜੇ ਮੇਰੇ ਪਿਛਲੇ 19 ਤਰੀਕ ਨੂੰ ਮੈਂ ਜੁਆਇਨ ਕੀਤਾ ਸੀ ਇੱਥੇ SSP, ਉਸ ਤੋਂ ਬਾਅਦ ਇੱਥੋਂ ਫਿਰੋਜ਼ਪੁਰ ਦੀ ਟੀਮ ਨੇ ਸਾਡੀ ਨੇ ਬਹੁਤ ਵਧੀਆ ਈਵਨ ਹਰ ਫਰੰਟ 'ਤੇ ਆਹ ਤੁਹਾਡੇ ਸਾਹਮਣੇ ਚੋਰੀਆਂ ਅਤੇ ਜਿਹੜੇ ਵੈਪਨਸ ਰਿਕਵਰ ਕੀਤੇ ਆ, ਅਤੇ ਜਿਹੜੇ ਚੋਰੀ ਦੀਆਂ ਜੋ ਬੈਟਰੀਆਂ, ਚੋਰੀ ਦੇ ਹੋਰ ਸਮਾਨ ਜਿਹੜਾ ਘਰਾਂ 'ਚ ਚੋਰੀ ਹੋਏ ਉਹ ਬਰਾਮਦ ਗਏ। ਇਸ ਦੇ ਨਾਲ ਸਾਡੇ ਜਿਹੜੇ NDPS ਦੇ ਵਿੱਚ ਵੀ ਜਿਹੜੀ ਪੰਜਾਬ ਸਰਕਾਰ ਵੱਲੋਂ ਸਾਡੇ ਸੀਨੀਅਰ ਅਫਸਰਸ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਵੀ ਵੱਡੀ ਕਾਮਯਾਬੀ ਸਾਨੂੰ ਹਾਸਲ ਹੋਈ ਹੈ। 25 ਮੁਕੱਦਮੇ ਦਰਜ ਕੀਤੇ ਆ 20 ਦਿਨਾਂ ਦੇ ਵਿੱਚ, ਅਤੇ 29 ਬੰਦੇ ਇਹਦੇ ਵਿੱਚ ਗ੍ਰਿਫਤਾਰ ਕਰਕੇ 2 ਕਿਲੋ 665 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ, ਅਫੀਮ 1 ਕਿਲੋ, ਗੋਲੀਆਂ ਕੈਪਸੂਲ ਜਿਹੜੇ ਨਸ਼ੇ ਦੇ ਆ 3400, ਡਰੱਗ ਮਨੀ 62,000, ਇਹਨੂੰ ਰਿਕਵਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਤੀਸਰਾ, ਇਹਦੇ ਵਿੱਚ ਐਕਸਾਈਜ਼ ਐਕਟ ਦੇ ਵਿੱਚ ਵੀ ਕਾਫੀ ਵੱਡੀ ਬਰਾਮਦਗੀਆਂ, ਜਿਵੇਂ 8 ਪਰਚੇ ਆ, 11 ਦੋਸ਼ੀ, ਅਤੇ 933 ਲੀਟਰ ਨਜਾਇਜ਼ ਸ਼ਰਾਬ, ਲਾਹਨ 3155 ਕਿਲੋ, ਭੱਠੀਆਂ 5, ਅਸਲਾ ਐਕਟ ਦੇ ਵਿੱਚ ਤੁਹਾਨੂੰ ਦੱਸ ਹੀ ਦਿੱਤਾ 2 ਪਿਸਟਲ ਅਤੇ 3 ਜਿੰਦਾ ਕਾਰਤੂਸ, ਅਤੇ ਜੂਏ ਦੇ ਵਿੱਚ ਵੀ ਅਸੀਂ 10 ਪਰਚੇ ਦੇ ਕੇ 21 ਬੰਦੇ ਗ੍ਰਿਫਤਾਰ ਕਰਕੇ ਅਤੇ 1 ਲੱਖ ਤੋਂ ਉੱਪਰ 1,02,625 ਰੁਪਏ ਬਰਾਮਦ ਕੀਤੇ। ਮਾਈਨਿੰਗ ਦੇ ਵਿੱਚ ਵੀ ਡਿਸਾਈਸਿਵ ਐਕਸ਼ਨ ਲਿਆ ਗਿਆ ਸਾਡੇ ਵੱਲੋਂ, 7 ਪਰਚੇ ਦੇ ਕੇ 8 ਬੰਦੇ ਇਹਦੇ 'ਚ ਗ੍ਰਿਫਤਾਰ ਕਰਕੇ 8 ਇਹਨਾਂ ਦੇ ਵਹੀਕਲ ਵੀ ਅਸੀਂ ਜ਼ਬਤ ਕੀਤੇ ਆ। ਅਤੇ ਚੋਰੀ ਦੇ ਵਿੱਚ ਅਸੀਂ ਟੋਟਲ ਹੁਣ ਤੱਕ ਮੇਰੇ ਆਉਣ ਤੋਂ ਬਾਅਦ 39 ਟੂ ਵੀਲਰਸ ਜਿਹੜੇ ਰਿਕਵਰ ਕੀਤੇ ਆ, ਚੋਰੀ ਦੇ ਜਿਹੜੇ ਪਹਿਲਾਂ ਚੋਰੀ ਹੋਏ ਹੋਏ ਸੀਗੇ। ਅਤੇ ਇਹਦੇ ਨਾਲ ਮੇਰੇ ਖਿਆਲ 'ਚ ਇਹਨਾਂ ਸਾਰਿਆਂ ਨੂੰ ਫੜਨ ਦੇ ਨਾਲ ਕਾਫੀ ਜਿਹੜੇ ਇਲਾਕੇ ਦੇ ਵਿੱਚ ਆਪਣੇ ਕੋਈ ਚੋਰੀਆਂ ਅਤੇ ਸਨੈਚਿੰਗਸ ਇਹਨਾਂ 'ਤੇ
ठल पैन की उम्मीद है। तो इस तरह जोड़े असी पुराने पीओज कोई जोड़े इश्तहारी मुजरम दौड़े हुए थे भजे हुए से कानून तो वह भी 11 पीओ इन्हें थोड़े दिनों के गिरफ्तार करने से कामयाबी हासिल की। सर जे गगन की गल कर रहे हो जो हथियार खरीदे है सर, इस तो पहले भी उन्हें कोई वारदात वाले अंजाम दिए सर इस हथियार के नाल जां कोई होर वारदात? ये आपस में इन्हों जिहड़ा मोहित गिल ते दोनों के पर्चे है, गगनदीप तो पहला पर्चा जी, तो पर यह आम तौर पर इन्हों आर्म्स एक्ट का यह दोष आते रहते आपस में रल के एक दूजे से अटैक कर रहे हैं। थैंक यू।